ਮੁਖਤਿਆਰ ਸਿੰਘ ਅੱਜ ਦੇ ਕੈਂਪ ਦੇ ਸੰਬੰਧ ਵਿੱਚ ਜਾਣਕਾਰੀ ਦਿਓ ਸਰ। ਅੱਜ ਜਿਹੜਾ ਕੈਂਪ ਲੱਗ ਰਿਹਾ ਸਾਡੀ ਸੰਸਥਾ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਪੰਜਵਾਂ ਅੱਖਾਂ ਦਾ ਕੈਂਪ ਲੱਗ ਰਿਹਾ ਜੀ, ਜਿਹੜਾ ਹਰ ਸਾਲ ਅਸੀਂ ਬਾਬੇ ਸ਼ਹੀਦਾਂ ਦੇ ਸਾਲਾਨਾ ਜੋੜ ਮੇਲੇ ਤੋਂ ਬਾਅਦ ਲਾਉਂਦੇ ਹਾਂ ਜੀ। ਅਤੇ ਅੱਜ ਇਸ ਕੈਂਪ ਵਿੱਚ ਬਹੁਤ ਸਾਰੇ ਮਰੀਜ਼ ਆਏ ਨੇ ਜੀ ਅਤੇ ਆਪਣੀਆਂ ਅੱਖਾਂ ਦਿਖਾ ਕੇ, ਕਮ ਸੇ ਕਮ 130 ਦੇ ਕਰੀਬ ਆਏ ਨੇ, ਜਿਨ੍ਹਾਂ ਵਿੱਚੋਂ 30-35 ਸਾਡੇ ਜਿਹੜੇ ਅੱਖਾਂ ਦੇ ਮਤਲਬ ਲੈਣ 'ਚ ਪੈਣਗੇ ਮਰੀਜ਼ਾਂ ਦੇ ਜੀ। ਇਹਨਾਂ ਦੇ ਆਪਰੇਸ਼ਨ ਵਗੈਰਾ ਕਿੱਥੇ ਕੀਤੇ ਜਾਣਗੇ? ਆਪਰੇਸ਼ਨ ਇਹਨਾਂ ਦੇ ਕਰੇ ਜਾਣਗੇ ਜੀ, ਆਪਣਾ ਪਾਤਰਾ ਨਿਆਲ ਜਿਹੜਾ ਲੈਂਜ ਕਲੱਬ ਜੀ ਉਹਦੇ 'ਚ ਕਰੇ ਜਾਣਗੇ ਅਤੇ ਡਾਕਟਰ ਸਾਹਿਬ ਜਿਹੜੇ ਆ ਪਟਿਆਲੇ ਤੋਂ ਆਉਣਗੇ ਜੀ। ਅੱਛਾ, ਇਸ ਤੋਂ ਪਿੱਛੇ ਜਿਹੜੇ ਤੁਸੀਂ ਕੈਂਪ ਲਾ ਚੁੱਕੇ ਹੈ ਉਹਨਾਂ ਦੇ ਵਿੱਚ ਕਿੰਨਾ ਕੁ ਜਿਹੜੇ ਮਰੀਜ਼ ਆ ਹੁਣ ਤੱਕ ਉਹ ਫਾਇਦਾ ਲੈ ਚੁੱਕੇ ਆ? ਉਹਦੇ ਵਿੱਚ ਮੇਰੇ ਖਾਸੇ 60-70 ਦੇ ਕਰੀਬ ਮਰੀਜ਼ ਜਿਹੜੇ ਫਾਇਦਾ ਲੈ ਚੁੱਕੇ, ਜਿਹੜੇ ਸਾਡੇ ਟੋਟਲ ਕੈਂਪ ਲੱਗੇ ਪਿਛਲੇ ਜੀ। ਇਹ ਜਿਹੜੇ 35 ਹੁਣ ਇਹ ਲੱਗਣੇ ਜੀ, ਮਤਲਬ 100 ਦੇ ਕਰੀਬ ਹੋ ਜਾਣਗੇ ਜੀ। ਇਹ ਅੱਖਾਂ ਦੇ ਚੈੱਕਅਪ ਕੈਂਪ ਤੋਂ ਬਗੈਰ ਹੋਰ ਵੀ ਤੁਸੀਂ ਕੋਈ ਉਪਰਾਲਾ ਕਰ ਰਹੇ ਹੋ? ਹਾਂ ਬਿਲਕੁਲ, ਇਸ ਤੋਂ ਇਲਾਵਾ ਅਸੀਂ ਖੂਨਦਾਨ ਕੈਂਪ ਲਾਉਂਦੇ ਹਾਂ ਜੀ, ਇਸ ਤੋਂ ਇਲਾਵਾ ਸਾਡੇ 3 ਸਕੂਲ ਅਸੀਂ ਗੋਦ ਵਿੱਚ ਹੋਏ ਨੇ ਅਤੇ ਚੌਥਾ ਸਕੂਲ ਅਸੀਂ ਹੁਣ ਲੈਣਾ ਹੈ ਜੋ ਕਿ ਆਪਣਾ 1 ਅਪ੍ਰੈਲ ਨੂੰ ਲਵਾਂਗੇ। ਅੱਛਾ, ਹਾਂਜੀ। ਉਹਨਾਂ ਸਕੂਲਾਂ ਦੇ ਵਿੱਚ ਕੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ? ਸਕੂਲਾਂ ਵਿੱਚ ਜ਼ਰੂਰਤ ਅਨੁਸਾਰ ਜਿਸ ਤਰ੍ਹਾਂ ਕਿ ਵਾਟਰ ਕੂਲਰ, ਵਰਦੀਆਂ, ਸਟੇਸ਼ਨਰੀ, ਝੂਲੇ ਅਤੇ ਖੇਡਾਂ ਸਮਾਨ ਜੋ ਜ਼ਰੂਰਤ ਹੁੰਦੀ ਦਿੰਦੇ ਹਾਂ। ਇਸ ਤੋਂ ਇਲਾਵਾ ਹਰ ਸਾਲ ਅਸੀਂ ਜਦੋਂ ਬੱਚੇ ਫਸਟ ਆਉਂਦੇ ਨੇ 5ਵੀਂ ਕਲਾਸ ਵਿੱਚੋਂ, ਜਦੋਂ ਉੱਚੇ ਨੰਬਰ ਲੈਂਦਾ ਉਹਨਾਂ ਨੂੰ ਰੇਂਜਰ ਸਾਈਕਲ ਦਿੰਦੇ ਹਾਂ ਜੀ, ਰੇਂਜਰ ਦੇ ਕੇ ਸਾਈਕਲ ਦੇ ਕੇ ਸਨਮਾਨਿਤ ਕਰਦੇ ਜੀ। ਹੋਰ ਜਿਹੜੀਆਂ ਸੰਸਥਾਵਾਂ ਨੇ ਆਪਣੇ ਇਲਾਕੇ ਦੇ ਵਿੱਚ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਮੈਸੇਜ ਇਹੀ ਦੇਣਾ ਚਾਹੁੰਦਾ ਜਿਸ ਤਰ੍ਹਾਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ ਆਪਾਂ ਤਾਂ ਅੱਗੇ ਵੀ ਕਰਨਾ ਚਾਹੀਦਾ ਜੀ, ਅਤੇ ਖਾਸ ਕਰਕੇ ਐਜੂਕੇਸ਼ਨ, ਮੈਡੀਕਲ ਇਹਨਾਂ ਵੱਲ ਖਾਸ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਸਾਰਿਆਂ ਨੂੰ। ਪਿੰਡ ਕੱਦਰ ਭੈਣੀ ਹੈ ਜੀ। ਜੀ, ਅਤੇ ਜਿਹੜੀ ਆਪਣੀ ਮਾਨਵ ਸੇਵਾ ਸੁਸਾਇਟੀ ਵੱਲੋਂ ਇੱਕ ਤੀਜਾ ਖੂਨਦਾਨ ਕੈਂਪ ਲਾਇਆ ਗਿਆ ਜੀ। ਇਹ ਸੁਸਾਇਟੀ ਜਿਹੜਾ ਆਪਣਾ ਬਹੁਤ ਆਪਣਾ ਯੋਗਦਾਨ ਪਾ ਰਹੀ ਹੈ ਇਸ ਖੂਨਦਾਨ ਦੇ ਵਿੱਚ। ਹੋਰ ਵੀ ਸੰਸਥਾਵਾਂ ਨੂੰ ਜਿਹੜਾ ਹੈਗਾ ਉਹ ਅੱਗੇ ਆ ਕੇ ਖੂਨਦਾਨ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਕਿਸੇ ਨੂੰ ਵੀ ਅਫਵਾਹ 'ਚ ਨਹੀਂ ਆਉਣਾ ਚਾਹੀਦਾ, ਪਿੱਛੇ ਇੱਕ ਅਫਵਾਹ ਉੱਡੀ ਸੀ ਕਿ ਖੂਨਦਾਨ ਦਾ ਜਿਹੜਾ ਇਹ ਧੰਦਾ ਬਣਾਇਆ ਹੋਇਆ, ਇਹ ਬਿਲਕੁਲ ਝੂਠ ਹੈ। ਇਹ ਜਿਹੜਾ ਹੈਗਾ ਬਲੱਡ ਖੂਨਦਾਨ ਕਰਨ ਨਾਲ ਸਾਡਾ ਵੀ ਸਰੀਰ ਸਵੱਸਥ ਰਹਿੰਦਾ ਜੀ, ਅਤੇ ਅਗਲਾ ਵੀ ਜਿਹੜਾ ਹੈਗਾ ਅੱਗੇ ਵੀ ਲੋੜਵੰਦ ਨੂੰ ਇਹਦੀ ਸਹਾਇਤਾ ਜਿਹੜੀ ਆ ਸਮੇਂ ਸਿਰ ਮਿਲ ਜਾਵੇ। ਨੌਜਵਾਨਾਂ ਨੂੰ ਕੀ ਅਪੀਲ ਹੈਗੀ ਤੁਹਾਡੀ? ਨੌਜਵਾਨਾਂ ਨੂੰ ਅਪੀਲ ਹੈ ਜੀ, ਵੱਧ ਤੋਂ ਵੱਧ ਖੂਨਦਾਨ ਕਰੋ। ਖੂਨਦਾਨ ਕਰਨ ਨਾਲ ਜਿਹੜਾ ਹੈ ਸਾਡੇ ਸਰੀਰ 'ਚ ਕੋਈ ਕਮੀ ਨਹੀਂ ਹੁੰਦੀ, 24 ਘੰਟੇ ਸਾਡਾ ਖੂਨ ਜਿਹੜਾ ਦੁਬਾਰਾ ਪੂਰਾ ਹੋ ਜਾਂਦਾ ਜੀ। ਵੱਧ ਤੋਂ ਵੱਧ ਨੌਜਵਾਨ ਨਸ਼ੇ 'ਚ ਲੱਗੇ ਹੋਏ ਨੇ ਉਹਨਾਂ ਨੂੰ ਕਿਵੇਂ ਜਾਣਿਆ? ਨਸ਼ੇ ਡੁੱਬੇ ਨੌਜਵਾਨਾਂ ਦਾ ਅਪੀਲ ਹੀ ਬੇਨਤੀ ਕਰ ਸਕਦੇ ਹਾਂ ਜੀ ਵੀ ਆਪਣਾ ਜਿਹੜਾ ਤੁਸੀਂ ਆਪਣਾ ਘਰ ਬਾਰ ਵੀ ਖਰਾਬ ਕਰ ਰਹੇ ਹੋ, ਆਪਣੀ ਸਿਹਤ ਸਰੀਰ ਨੂੰ ਖਰਾਬ ਕਰ ਰਹੇ ਹੋ, ਇਹ ਨਸ਼ੇ 'ਤੇ ਆ ਕੇ ਤੁਹਾਨੂੰ ਜਿਹੜਾ ਹੈਗਾ ਆਪਣਾ ਸਮਾਜ ਭਲਾਈ ਦੇ ਕੰਮਾਂ ਵੱਲ ਆਉਣਾ ਚਾਹੀਦਾ ਜੀ।